जिला पठानकोट के डीसी दफ्तर के बाहर मनरेगा कर्मचारियों की ओर से कलम छोड़ हड़ताल शुरू की गई, जो आज पांचवें दिन में तब्दील हो गई है। पंजाब सरकार के कानों तक अभी जू तक नहीं रेंगी, जिसके चलते मनरेगा कर्मचारियों में पंजाब सरकार के खिलाफ रोष पाया जा रहा है। मनरेगा कर्मचारियों ने कहा कि वे आज से कई साल पहले कच्चे कर्मचारियों से भर्ती हुए थे। वे तब सरकार ने कहा था कि जल्द उन्हें पक्का कर दिया जाएगा, पर आज तक किसी भी सरकार ने इस ओर ध्यान नहीं दिया। दूसरा, उनकी सैलरी भी बहुत कम है, जिससे उनके घर का गुजारा भी नहीं हो पा रहा। उन्होंने कहा कि वह अपना काम पूरा ईमानदारी से करते आ रहे हैं, लेकिन सरकार अभी भी कुंभकर्ण की नींद सो रही है, जिसके चलते उन्होंने मजबूरन अपने कामकाज बंद कर सरकार के खिलाफ कमल छोड़ हड़ताल की है। हाँ जी, सानू अज पंजवां छेवां दिन हो गया हड़ताल के बैठे, तो सरकार ने कोई भी सानू हजे तक दस्या नहीं कुछ भी की करदे पे की नहीं। तो अही चाहते कि सानू किन्ने साल हो गए इत्थे लगे दे, ठीक है। तो जिस हिसाब न अही जिन्ना सानू सरकार काम कहिंदी सी उन्ना दिन रात लगा करदे आ, जिन्ना अही काम करदे उस हिसाब नाल साडी सैलरी नहीं हैगी। तो अही ये चाहते हैं कि अही जिन्ना काम करदे उहदे हिसाब नाल सानू सैलरी भी मिले, जो सहूलत पक्कियां नूं मिलदी सानू भी मिलन, पर सानू उह नहीं मिल रहा हैगा। ਅਸੀਂ ਕਹਿੰਦੇ ਕਿ ਸਰਕਾਰ ਬਾਬਰ ਅਸੀਂ ਕਹਿ ਰਹੀ ਕਿ ਸਾਡੇ ਕੋਲ ਫੰਡ ਨਹੀਂ ਹੈਗਾ, ਜਾਂ ਮੁਲਾਜ਼ਮ ਅਸੀਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਪੱਕੇ ਨਹੀਂ ਕਰਨਾ ਹੈਗਾ। ਕਿਉਂ ਨਹੀਂ ਪੱਕੇ ਕਰਨਾ ਹੈਗਾ? ਸਾਡੇ ਕੋਲ ਕੰਮ ਵੀ ਤਾਂ ਪੱਕੇ ਜਿੰਨਾ ਲੈ ਰਹੇ ਹੈ, ਅਤੇ ਫਿਰ ਇਹ ਇਸ ਸਾਲ ਉਹਨਾਂ ਨੂੰ ਲੱਗ ਰਿਹਾ ਕਿ ਜੇ 20,000 ਤੱਕ ਇੱਕ ਬੰਦਾ ਕੰਮ ਕਰ ਰਿਹਾ ਤਾਂ ਅਸੀਂ ਕਿਉਂ 40,000 ਦਈਏ, ਠੀਕ ਹੈ ਨਾ। ਅਤੇ ਅਸੀਂ ਇਹ ਚਾਹੁੰਦੇ ਹਾਂ ਸਰਕਾਰ ਨੂੰ ਕਿ ਅਸੀਂ ਪਿਛਲੇ ਸਾਲ ਵੀ ਇੱਦਾਂ ਹੀ ਬੈਠੇ ਸੀਗੇ ਧਰਨੇ 'ਚ, ਅਸੀਂ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਉੱਠਣਾ ਨਹੀਂ ਹੈਗਾ, ਸਰਕਾਰ ਨੇ ਸਾਨੂੰ ਇੱਦਾਂ ਹੀ ਗੋਲੀ ਵਗੈਰਾ ਦੇ ਕੇ ਸਾਨੂੰ ਉਠਾ ਦਿੱਤਾ ਸੀਗਾ। ਅਤੇ ਅਸੀਂ ਚਾਹੁੰਦੇ ਕਿ ਇਸ ਵਾਰੀ ਅਸੀਂ ਬਿਲਕੁਲ ਨਾ ਉੱਠੀਏ, ਅਸੀਂ ਬਿਲਕੁਲ ਜਿੰਦਾ ਸਾਨੂੰ ਕੁਛ ਹੱਕ ਨਹੀਂ ਸਾਨੂੰ ਮਿਲੇਗਾ ਅਸੀਂ ਉੱਠਣਾ ਨਹੀਂ ਹੈਗਾ। ਅਤੇ ਅਸੀਂ ਹੁਣ ਸਾਡੀ ਰੈਲੀ ਹੈਗੀ ਪਟਿਆਲੇ ਪਰਸੋਂ 15 ਤਰੀਕ ਨੂੰ, ਅਸੀਂ ਸਾਰਾ ਸਟਾਫ ਉੱਥੇ ਜਾਵਾਂਗੇ ਅਤੇ ਉੱਥੇ ਫਿਰ ਧਰਨਾ ਦੇ ਕੇ ਅਸੀਂ ਬਿਲਕੁਲ ਸਰਕਾਰ ਨੂੰ ਜਗਾਉਣਾ ਕਿ ਅਸੀਂ ਕੰਮ ਬਿਲਕੁਲ ਨਹੀਂ ਕਰਨਾ, ਕਿਉਂਕਿ ਸਾਡੇ ਪੂਰੇ ਪੰਜਾਬ ਕੋਈ ਕੰਮ ਨਹੀਂ ਕਰ ਪਾ ਰਹੇ। ਜੇਕਰ ਫਿਰ ਵੀ ਤੁਹਾਡੀ ਕੋਈ ਹੱਲ ਨਹੀਂ ਹੁੰਦਾ ਇਸ ਮੰਗਾਂ ਨਾਲ, ਫਿਰ ਹੱਲ ਕਿਉਂ ਨਹੀਂ ਹੋਏਗਾ? ਅਸੀਂ ਚਾਹੁੰਦੇ ਕਿ ਹੱਲ ਹੋਏ, ਉਹਨਾਂ ਨੂੰ ਕਰਨਾ ਚਾਹੀਦਾ ਹੱਲ, ਕਿਉਂਕਿ ਇਲੈਕਸ਼ਨ ਹੈਗੀ, ਉਹਨਾਂ ਨੂੰ ਵੋਟਾਂ ਚਾਹੀਦੀਆਂ ਹੈਗੀਆਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਅਸੀਂ 1500-1600 ਮੁਲਾਜ਼ਮ ਹੈਗਾ ਆ, ਅਤੇ ਅਸੀਂ ਉਹਦੇ ਨਾਲ ਸਾਡੇ ਕਿੰਨੇ ਪਰਿਵਾਰ ਜੁੜੇ ਹੋਏ ਆ, ਸਾਡੇ ਅੱਗੇ ਫੈਮਿਲੀ ਮੈਂਬਰ, ਅਤੇ ਅਸੀਂ ਤਾਂ ਇਹ ਚਾਹੁੰਦੇ ਕਿ ਅਸੀਂ ਘੱਟੋ ਘੱਟ ਅਸੀਂ ਉਹਨਾਂ ਨੂੰ ਸਾਨੂੰ ਹੋਰ ਤਾਂ ਨਹੀਂ ਪੇ ਸਕੇਲ ਦੇ ਕੇ ਪੱਕੇ ਤਾਂ ਕੀਤੇ ਜਾ ਸਕਦੇ, ਜਿੱਥੇ ਇੰਨਾ ਸਟਾਫ ETT ਟੀਚਰਸ ਵਗੈਰਾ ਹੋ ਰਿਹਾ, ਅਸੀਂ ਕਿਉਂ ਨਹੀਂ ਹੋ ਸਕਦੇ? ਅਸੀਂ ਤਾਂ ਇੰਨਾ ਕੰਮ ਕਰ ਰਹੇ, ਸਾਡੇ ਕੋਲ ਤਾਂ ਡਬਲ ਡਬਲ ਟ੍ਰਿਪਲ ਟ੍ਰਿਪਲ ਕੰਮ ਹੋ ਰਿਹਾ। ਸਾਨੂੰ ਤਾਂ ਰਾਤੀ 10 ਵਜੇ ਵੀ ਕਹਿੰਦੇ ਵੀ ਰਿਪੋਰਟ ਭੇਜੋ, ਅਸੀਂ ਉਹ ਵੀ ਭੇਜਦੇ ਹਾਂ। ਅਸੀਂ ਲੇਡੀਜ਼ ਹੈਗੇ ਹਾਂ, ਅਸੀਂ ਤਾਂ ਵੀ ਆਪਣੇ ਬੱਚੇ ਵੀ ਅਸੀਂ ਘਰ ਛੱਡ ਕੇ ਜਾਂ ਜਿੱਥੇ ਵੀ ਅਸੀਂ ਪੂਰਾ ਕੰਮ ਕਰਦੇ ਹਾਂ, ਕਦੀ ਅਸੀਂ ਅਫਸਰਾਂ ਨੂੰ ਇਹ ਨਹੀਂ ਕਿ ਅਸੀਂ ਕੰਮ ਨਹੀਂ ਕਰਨਾ। ਅਤੇ ਅਸੀਂ ਇਹੀ ਚਾਹੁੰਦੇ ਹਾਂ ਸਰਕਾਰ ਅੱਗੇ, ਅਸੀਂ ਤੁਹਾਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਸਾਨੂੰ ਜੋ ਸਾਡਾ ਹੈਗਾ ਹੱਕ ਸਾਨੂੰ ਮਿਲਿਆ ਜਾਏ। ਅਤੇ ਬਸ ਧੰਨਵਾਦ। ਹਾਂਜੀ ਸਰ, ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਹੜਤਾਲ ਦੇ ਬੈਠੇ ਜੀ, ਕੀ ਗੱਲ ਹੈਗੀ? ਅਜੇ ਤੱਕ ਤੁਹਾਡੀ ਮੰਗਾਂ ਨਹੀਂ ਮੰਨੀਆਂ ਗਈਆਂ, ਕੀ ਹੈਗਾ? ਦੇਖੋ ਜੀ, ਅਸੀਂ ਆਪਣੇ ਮੀਡੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਵਾਰੀ ਦੀ ਜੋ ਹੜਤਾਲ ਹੈ ਜ਼ਿਲ੍ਹਾ ਪਠਾਨਕੋਟ ਤੋਂ ਪੂਰੀ ਸਟੇਟ ਦੇ ਮੁਤਾਬਕ ਜਿੱਦਾਂ ਹੋ ਰਹੀ ਹੈ, ਸਾਡੀ 5ਵੇਂ ਦਿਨ ਦੀ ਹੜਤਾਲ ਹੈ, ਕਲਮ ਛੋੜ ਹੜਤਾਲ ਹੈ। ਅਤੇ ਸਰਕਾਰ ਸਾਡੀ ਮਤਲਬ ਅੱਜ ਤੋਂ 2008 ਤੋਂ ਅਸੀਂ ਭਰਤੀ ਹਾਂ, ਉਦੋਂ ਤੋਂ ਲਗਭਗ 9-10 ਤੋਂ ਹੜਤਾਲਾਂ ਕਰਦੇ ਆ ਰਹੇ ਹਾਂ, ਪਰ ਸਰਕਾਰ ਸਾਡੀ ਸੁਣ ਨਹੀਂ ਰਹੀ। ਹੁਣ ਉਹਨਾਂ ਨੇ ਸਾਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ, ਪਿਆਰ ਪਰਾਰ ਦੀ ਲੜਾਈ ਸਾਨੂੰ ਕਰਨ 'ਤੇ ਮਜਬੂਰ ਕਰ ਦਿੱਤਾ। ਸਰਕਾਰ ਚਾਹੁੰਦੀ ਹੈ ਕਿ ਕੰਮ ਤਾਂ ਹੋਏ, ਨਰੇਗਾ ਤਹਿਤ ਹੋਣੇ ਚਾਹੀਦੇ, ਸਾਰੇ ਦੇ ਕੰਮ ਨਰੇਗਾ ਤਹਿਤ ਹੋਣਗੇ, ਪਰ ਮੁਲਾਜ਼ਮ ਸਾਨੂੰ ਸਮਝਿਆ ਨਹੀਂ ਜਾ ਰਿਹਾ। ਸਾਨੂੰ ਈਵਨ ਕਿ ਆਪਣੇ ਜਿਹੜੇ ਲੋਕਲ ਹੈਗੇ ਆ ਉਹ ਵੀ ਨਹੀਂ ਮੁਲਾਜ਼ਮ ਸਮਝਦੇ। ਇਸ ਕਰਕੇ ਜੋ ਜਿਹਨਾਂ ਸਾਡੇ ਅਪੁਆਇੰਟੀ ਆ ਉਹੀ ਨਹੀਂ ਸਮਝਦੇ, ਅਤੇ ਦੂਸਰਿਆਂ ਨੇ ਕਿਵੇਂ ਸਮਝ ਲੈਣਾ? ਇਸ ਲਈ ਸਾਡੀ ਮੰਗ ਹੈ ਕਿ ਸਰਕਾਰ ਸਾਨੂੰ ਜਲਦੀ ਜਲਦੀ ਪੱਕਾ ਕਰੇ, ਜੇ ਨਹੀਂ ਕਰਦੀ ਪੱਕਾ ਤਾਂ ਫਿਰ ਅੱਗੇ ਤਿੱਖੇ ਸੰਘਰਸ਼ ਕੀਤੇ ਜਾਣਗੇ। ਜੀ ਜੀ, ਇਲੈਕਸ਼ਨ 'ਤੇ ਪੂਰਾ ਪੂਰਾ ਪ੍ਰਭਾਵ ਪਏਗਾ ਜੀ। ਜੇ ਕਿਸਾਨਾਂ ਨੇ ਪ੍ਰਭਾਵ ਪਾਤਾ ਤਾਂ ਉਹਨਾਂ ਮੁਲਾਜ਼ਮਾਂ ਦੀ ਤਾਕਤ ਨਹੀਂ ਦੇਖੀ, ਜੇ ਮੁਲਾਜ਼ਮਾਂ ਨੇ ਵੀ ਇਕਜੁੱਟ ਹੋ ਗਏ ਤਾਂ ਮੇਰੇ ਖਿਆਲ 'ਚ ਤਖਤਾ ਪਲਟ ਜਾਣਾ, ਬਾਅਦ 'ਚ ਇਹਨਾਂ ਪਛਤਾਉਣਾ। ਪਿਛਲੀ ਵਾਰੀ ਵੀ ਮਲੂਕਾ ਸਾਡਾ ਮੰਤਰੀ ਸੀਗਾ, ਉਹਨਾਂ ਬੜਾ ਸਾਡੇ ਨਾਲ ਤਸ਼ੱਦਦ ਕੀਤੇ ਸੀਗੇ, ਪਰ ਅਗਲੀ ਵਾਰੀ ਉਹ ਮਤਲਬ ਉਹਦੀ ਜੀ ਜਿਹੜੀ ਕੀ ਕਹਿੰਦੇ ਆ ਜ਼ਬਤ ਹੋ ਗਈ, ਜ਼ਮਾਨਤ ਜ਼ਬਤ ਹੋ ਗਈ। ਉਹਦਾ ਕਾਰਨ ਉਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਨਾ, ਕਿ ਜੇ ਉਹ ਪਿਛਲੇ ਵਾਰੀ ਉਸ ਮੰਤਰੀ ਨਾਲ ਹੋ ਸਕਦਾ ਤਾਂ ਇਸ ਵਾਰੀ ਇਹਨਾਂ ਨਾਲ ਵੀ ਇੱਦਾਂ ਹੋ ਸਕਦਾ। ਐਨ ਸਟਾਰ ਨਿਊਜ਼ ਕੇ ਲਈ ਪਠਾਨਕੋਟ ਸੇ ਸ਼ਮੀ ਸਨੋਤਰਾ ਕੀ ਰਿਪੋਰਟ।